ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 25 ਜੁਲਾਈ ਦੀ ਮੋਰਨਿੰਗ ਸਲਾਈਡ। ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮੋਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖੋ, ਕਿਉਂਕਿ ਹਰ ਇੱਕ ਦਿਨ ਦੀ ਮੋਰਨਿੰਗ ਸਲਾਈਡ ਵੀਡੀਓ ਜਿਹੜੀ ਇੰਪੋਰਟੈਂਟ ਹੈ ਅਤੇ ਜਿਹੜੀ ਜਾਣਕਾਰੀ ਭਰਪੂਰ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ 25 ਜੁਲਾਈ ਦੀ ਮੋਰਨਿੰਗ ਸਲਾਈਡ। ਅੱਜ ਦਾ ਦਿਨ ਵੀਰਵਾਰ, ਅੱਜ ਦੀ ਮਿਤੀ 25 ਜੁਲਾਈ 2024। ਅੱਜ ਦਾ ਵਿਚਾਰ, ਪਿਆਰੇ ਬੱਚੋ, ਅੱਜ ਦਾ ਵਿਚਾਰ ਹੈ ਜਾਨਵਰਾਂ ਅਤੇ ਪੰਛੀਆਂ ਪ੍ਰਤੀ ਦਿਆਲਤਾ ਰੱਖੋ। ਤਾਂ ਪਿਆਰੇ ਬੱਚੋ, ਜੋ ਜਾਨਵਰ ਨੇ ਅਤੇ ਪੰਛੀ ਨੇ ਉਹਨਾਂ ਪ੍ਰਤੀ ਆਪਾਂ ਨੂੰ ਜਿਹੜੀ ਦਿਆਲਤਾ ਰੱਖਣੀ ਚਾਹੀਦੀ ਹੈ, ਕਿਉਂਕਿ ਉਹ ਇੱਕ ਇਨਸਾਨ ਦੇ ਮਿੱਤਰ ਹੀ ਹੁੰਦੇ ਨੇ। ਹਰ ਤਰ੍ਹਾਂ ਨਾਲ ਜਾਨਵਰ ਵੀ ਅਤੇ ਪੰਛੀ ਜਿਹੜੇ ਇਨਸਾਨ ਦੀ ਮਦਦ ਹੀ ਕਰਦੇ ਨੇ। ਜੇ ਜਾਨਵਰਾਂ ਦੀ ਗੱਲ ਕਰੋ ਤਾਂ ਤੁਸੀਂ ਘਰ ਦੇ ਵਿੱਚ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਉਹਨਾਂ ਨੇ ਮੱਝਾਂ ਗਾਵਾਂ ਵੀ ਰੱਖੀਆਂ ਹੋਣਗੀਆਂ। ਘਰਾਂ ਦੇ ਵਿੱਚ ਕੁੱਤਿਆਂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ੌਂਕ ਹੈ, ਉਹ ਜਾਨਵਰ ਹੈ, ਉਸ ਪ੍ਰਤੀ ਦਿਆਲਤਾ ਰੱਖਦੇ ਹੋ, ਉਸ ਦੀ ਸੇਵਾ ਕਰਦੇ ਹੋ ਤਾਂ ਉਹ ਤੁਹਾਡਾ ਵਫ਼ਾਦਾਰ ਬਣਦਾ, ਤੁਹਾਡੇ ਘਰ ਦੀ ਰਾਖੀ ਕਰਦਾ। ਕੁੱਤਾ ਗਾਵਾਂ ਮੱਝਾਂ ਤੋਂ ਵੀ ਜੇ ਤੁਸੀਂ ਉਹਨਾਂ ਨੂੰ ਰੱਖਦੇ ਹੋ ਤਾਂ ਉਹ ਤੁਹਾਡੀ ਪਹਿਚਾਣ ਕਰ ਲੈਂਦੇ ਨੇ। ਉਸ ਤੋਂ ਬਾਅਦ ਫਿਰ ਤੋਂ ਜੋ ਵੀ ਤੁਹਾਡਾ ਮੰਤਵ ਹੈ, ਤੁਸੀਂ ਜਿਸ ਚੀਜ਼ ਲਈ ਵੀ ਉਹਨਾਂ ਨੂੰ ਪਾਲਦੇ ਹੋ ਅਤੇ ਉਹ ਹਮੇਸ਼ਾ ਜਿਹੜੇ ਤੁਹਾਡੇ ਵਫ਼ਾਦਾਰ ਰਹਿੰਦੇ ਨੇ। ਪੰਛੀਆਂ ਦੀ ਗੱਲ ਹੈ, ਪੰਛੀ ਵੀ ਜਿਹੜਾ ਹਮੇਸ਼ਾ ਹੀ ਇਨਸਾਨ ਦਾ ਸਾਥ ਦਿੰਦੇ ਨੇ ਖੇਤਾਂ ਦੇ ਵਿੱਚ, ਕਿਸਾਨ ਦਾ ਬਹੁਤ ਸਾਥ ਦਿੰਦੇ ਨੇ, ਛੋਟੇ ਮੋਟੇ ਜਿਹੜੇ ਕੀੜੇ ਸੂੰਡੀ ਵਗੈਰਾ ਨੂੰ ਵੀ ਚੱਕ ਲੈਂਦੇ ਨੇ ਅਤੇ ਹੋਰ ਵੀ ਜਿਹੜੇ ਪੰਛੀ ਹੈਗੇ ਨੇ ਉਹ ਜਿਹੜਾ ਇਨਸਾਨ ਦਾ ਸਾਥ ਦਿੰਦੇ ਰਹਿੰਦੇ ਨੇ। ਇਹਨਾਂ ਪ੍ਰਤੀ ਦਿਆਲਤਾ ਕਿਵੇਂ ਰੱਖਣੀ ਹੈ? ਦੇਖੋ, ਪੰਛੀਆਂ ਪ੍ਰਤੀ ਦਿਆਲਤਾ ਰੱਖਣ ਲਈ ਹੁਣ ਗਰਮੀ ਦਾ ਦਿਨ ਚੱਲ ਰਹੇ ਨੇ, ਆਪਣੀ ਛੱਤ 'ਤੇ, ਘਰਾਂ ਦੇ ਬਾਹਰ ਰੁੱਖਾਂ ਅੱਗੇ ਜਿਹੜੇ ਪਾਣੀ ਦੇ ਕਟੋਰੇ ਭਰ ਕੇ ਰੱਖ, ਕਿਉਂਕਿ ਗਰਮੀ 'ਚ ਇਹਨਾਂ ਨੂੰ ਵੀ ਪਿਆਸ ਲੱਗਦੀ ਹੈ, ਅਤੇ ਉਹ ਕਟੋਰੇ ਭਰ ਕੇ ਰੱਸੀਆਂ ਨਾਲ ਬੰਨ੍ਹ ਕੇ ਦਰੱਖਤਾਂ ਮੂਹਰੇ ਜ਼ਰੂਰ ਰੱਖਿਆ ਕਰੋ, ਕਿਉਂਕਿ ਪੰਛੀ ਵੀ ਛਾਂ ਭਾਲਦੇ ਆ, ਠੰਡ ਭਾਲਦੇ ਆ ਅਤੇ ਉਹ ਜਿਹੜੇ ਰੁੱਖਾਂ 'ਤੇ ਆ ਕੇ ਬਹਿੰਦੇ ਆ। ਸ਼ਾਮ ਨੂੰ ਛੱਤਾਂ ਦੇ ਉੱਪਰ ਦਾਣਾ ਸੱਟ ਦਿਆ ਕਰੋ, ਥੋੜ੍ਹਾ ਬਹੁਤ ਜਿਹੜੇ ਕਿ ਉਹ ਆਪਣਾ ਪੇਟ ਭਰ ਸਕਣ ਅਤੇ ਆਪਣੇ ਬੱਚਿਆਂ ਵਾਸਤੇ ਦਾਣਾ ਚੁੱਕ ਕੇ ਲਿਜਾ ਸਕਣ। ਇਸ ਤਰ੍ਹਾਂ ਵੀ ਜਾਨਵਰ ਵੀ ਤੁਹਾਨੂੰ ਜੇ ਕਿਤੇ ਕੋਈ ਲੱਗਦਾ ਹੈ ਕਿਸੇ ਜਾਨਵਰ ਦੇ ਕੋਈ ਸੱਟ ਫੇਟ ਲੱਗੀ ਹੋਈ ਹੈ, ਉਹ ਗਲੀ 'ਚ ਇੱਦਾਂ ਘੁੰਮ ਰਿਹਾ, ਜਾਂ ਜਿੱਦਾਂ ਛੋਟੇ ਮੋਟੇ ਜਾਨਵਰਾਂ ਦੇ ਕੋਈ ਸੱਟ ਲੱਗਣ ਤੋਂ ਬਾਅਦ ਕੀੜੇ ਪੈ ਜਾਂਦੇ ਹੈ, ਉੱਦਾਂ ਦੇ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਜਾਣਕਾਰੀ ਦਿਓ, ਉਹ ਉਹਨਾਂ ਦਾ ਇਲਾਜ ਕਰਦੇ ਹੈ। ਅਤੇ ਇਸ ਤਰ੍ਹਾਂ ਤੁਸੀਂ ਥੋੜ੍ਹੀ ਬਹੁਤੀ ਸਹਾਇਤਾ ਕਰਕੇ ਜਿਹੜੀ ਉਹਨਾਂ ਪ੍ਰਤੀ ਦਿਆਲਤਾ ਰੱਖ ਸਕਦੇ ਹੋ। ਅਤੇ ਇਹ ਜਿਹੜੇ ਇਨਸਾਨੀਅਤ ਦੇ ਗੁਣ ਹੁੰਦੇ ਨੇ, ਜੇ ਤੁਸੀਂ ਇੱਦਾਂ ਦਾ ਕੋਈ ਕੰਮ ਕਰਦੇ ਹੋ ਤਾਂ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦਿੰਦੇ ਨੇ ਅਤੇ ਆਪਣੇ ਅੰਦਰੋਂ ਵੀ ਜਿਹੜੀ ਖੁਸ਼ੀ ਮਿਲਦੀ ਹੈ। ਅੱਗੇ ਆਪਾਂ ਕਰਾਂਗੇ ਗਿਆਨ ਵਿਗਿਆਨ ਦੇ ਪ੍ਰਸ਼ਨ। ਪਹਿਲਾ ਕੁਸ਼ਚਨ ਹੈ, ਸ਼ਹੀਦ ਊਧਮ ਸਿੰਘ ਨੇ ਮਾਈਕਲ ਅਡਵਾਇਰ ਦੀ ਹੱਤਿਆ ਕਦੋਂ ਕੀਤੀ? ਉਹਨਾਂ ਨੇ ਜਿਹੜੀ ਮਾਈਕਲ ਅਡਵਾਇਰ ਦੀ ਹੱਤਿਆ ਕੀਤੀ ਸੀ 13 ਮਾਰਚ 1940 ਨੂੰ। ਦੂਸਰਾ, ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ? ਤਾਂ ਪਿਆਰੇ ਬੱਚੋ, ਇਹ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਦੇਖੋ ਸਿੱਖਿਆ ਮੰਤਰੀ ਜੀ ਨੇ ਜਿਨ੍ਹਾਂ ਦੇ ਅੰਡਰ ਆਪਣੇ ਸਾਰੇ ਪੰਜਾਬ ਦੇ ਸਕੂਲ ਚੱਲਦੇ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਕੋਰਡਿੰਗ ਹੀ ਜਿਹੜੇ ਸਕੂਲਾਂ ਦੇ ਵਿੱਚ ਕੰਮ ਹੁੰਦੇ ਨੇ ਅਤੇ ਉਹਨੇ ਸ਼੍ਰੀ ਹਰਜੋਤ ਸਿੰਘ ਬੈਂਸ। ਤੀਸਰਾ, ਗਦਰ ਪਾਰਟੀ ਦੇ ਬਾਨੀ ਪ੍ਰਧਾਨ ਕੌਣ ਸਨ? ਤਾਂ ਪਿਆਰੇ ਬੱਚੋ, 5ਵੀਂ ਕਲਾਸ ਦੇ ਵਿੱਚ ਲੈਸਨ ਹੈ, ਤੁਸੀਂ ਪੜ੍ਹੋਗੇ, ਬਾਬਾ ਸੋਹਣ ਸਿੰਘ ਭਕਨਾ ਜੀ ਜਿਹੜੇ ਗਦਰ ਪਾਰਟੀ ਦੇ ਬਾਨੀ ਸਨ। ਚੌਥਾ, 0, 2 ਅਤੇ 4 ਦੀ ਵਰਤੋਂ ਨਾਲ 3 ਅੰਕਾਂ ਦੀ ਛੋਟੀ ਤੋਂ ਛੋਟੀ ਕਿਹੜੀ ਸੰਖਿਆ ਬਣੇਗੀ? ਤਾਂ ਪਿਆਰੇ ਬੱਚੋ, ਉਹ ਬਣੇਗੀ
ਚਾਰ। ਪੰਜਵਾਂ ਕੁਸ਼ਚਨ, ਸੌਰ ਮੰਡਲ ਵਿੱਚ ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ? ਤਾਂ ਪਿਆਰੇ ਬੱਚੋ, ਸੌਰ ਮੰਡਲ ਹੈ ਇੱਕ ਪਰਿਵਾਰ ਹੈ ਸੂਰਜ ਦੇ ਜਿਹੜੇ ਸਾਰੇ ਗ੍ਰਹਿ, ਉਹਨਾਂ 'ਚੋਂ ਜਿਹੜਾ ਲਾਲ ਗ੍ਰਹਿ ਕਿਹਾ ਜਾਂਦਾ ਉਹ ਮੰਗਲ ਗ੍ਰਹਿ ਨੂੰ ਕਿਹਾ ਜਾਂਦਾ, ਅਤੇ ਜਿਹੜਾ ਨੀਲਾ ਗ੍ਰਹਿ ਉਹ ਆਪਣੀ ਧਰਤੀ ਨੂੰ ਕਿਹਾ ਜਾਂਦਾ, ਯਾਨੀ ਕਿ ਪ੍ਰਿਥਵੀ ਨੂੰ ਕਿਹਾ ਜਾਂਦਾ। ਆਓ ਬੁਝੀਏ ਅੱਜ ਦੀ ਬੁਝਾਰਤ। ਕਿਸ ਰੁੱਖ ਨੂੰ ਲੱਗਦੇ ਨੇ ਅੰਬ ਅੰਬਾਲੇ ਦੇ, ਫੁੱਲ ਪਟਿਆਲੇ ਦੇ, ਅਤੇ ਰੂੰ ਰਾਹੋ ਦਾ, ਰਾਹੋਂ ਦਾ? ਤਾਂ ਪਿਆਰੇ ਬੱਚੋ, ਇਹ ਹੁੰਦਾ ਅੱਕ। ਅੱਕ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਊਗਾ, ਉਹਨੂੰ ਗੋਲ ਗੋਲ ਅੰਬਾਂ ਵਰਗੇ ਜਿਹੜੇ ਫਲ ਟਾਈਪ ਜੇ ਲੱਗਦੇ ਆ, ਪਰ ਉਹ ਜ਼ਹਿਰੀਲੇ ਤਰ੍ਹਾਂ ਹੁੰਦੇ ਨੇ, ਉਹਨਾਂ ਨੂੰ ਆਪਾਂ ਖਾ ਨਹੀਂ ਸਕਦੇ। ਅਤੇ ਹਾਲਾਂਕਿ ਕਈ ਲੋਕ ਉਹ ਸੁਕਾਉਣ ਤੋਂ ਬਾਅਦ ਵੈਦ ਵਗੈਰਾ ਜਿਨ੍ਹਾਂ ਨੂੰ ਜਾਣਕਾਰੀ ਹੁੰਦੀ, ਉਹਨਾਂ ਨੂੰ ਦਵਾਈਆਂ ਦੇ ਵਿੱਚ ਜ਼ਰੂਰ ਵਰਤੋਂ 'ਚ ਲੈ ਕੇ ਆਉਂਦੇ ਆ। ਦ ਵਰਡ ਫੋਰ ਪ੍ਰੈਕਟਿਸ, ਅੱਜ ਦੇ ਇੰਗਲਿਸ਼ ਦੇ ਵਰਡ। ਹਾਂਜੀ ਪਿਆਰੇ ਬੱਚੋ, ਅੱਜ ਦਾ ਜਿਹੜਾ ਪਹਿਲਾ ਇੰਗਲਿਸ਼ ਦਾ ਵਰਡ ਹੈ ਉਹ ਹੈ ਬ੍ਰੇਕ, BREAK। ਬ੍ਰੇਕ, ਬ੍ਰੇਕ ਦਾ ਮਤਲਬ ਹੁੰਦਾ ਤੋੜ, ਕਿਸੇ ਚੀਜ਼ ਨੂੰ ਤੋੜ ਦੇਣਾ। ਜਿਵੇਂ ਆਪਾਂ ਕਹਿੰਦੇ ਬ੍ਰੇਕ ਦਾ ਚੇਅਰ, ਬ੍ਰੇਕ ਦਾ ਸਟ੍ਰਿਕ, ਮਤਲਬ ਕਿਸੇ ਚੀਜ਼ ਨੂੰ ਤੋੜਨਾ, ਉਹਦੇ ਦੋ ਹਿੱਸੇ ਕਰਦੇ ਨੇ, ਚਾਰ ਹਿੱਸੇ ਕਰਦੇ ਨੇ, ਉਹਨੂੰ ਤੋੜ ਦੇਣਾ, ਉਹ ਹੁੰਦਾ ਬ੍ਰੇਕ, BREAK। ਬ੍ਰੇਕ ਦੂਸਰਾ ਕੀ ਹੈ? ਬ੍ਰੇਕ, ਦੂਸਰਾ ਵੀ ਬ੍ਰੇਕ ਹੈ ਪਰ ਇਹਦੇ ਸਪੈਲਿੰਗ ਦੇ ਵਿੱਚ ਫਰਕ ਹੈ, BREAK। ਬ੍ਰੇਕ, ਇਹ ਬ੍ਰੇਕ ਉਹ ਬ੍ਰੇਕ ਹੈ ਜਿਹਨੂੰ ਆਪਾਂ ਉਂਝ ਵੀ ਬ੍ਰੇਕ ਕਹਿ ਦਿੰਦੇ ਹਾਂ, ਜਿਵੇਂ ਸਾਈਕਲ ਨੂੰ ਰੋਕਣ ਵਾਸਤੇ ਆਪਾਂ ਬ੍ਰੇਕ ਲਗਾਉਂਦੇ ਹਾਂ, ਮੋਟਰਸਾਈਕਲ ਨੂੰ ਰੋਕਣ ਵਾਸਤੇ ਬ੍ਰੇਕ ਲਗਾਉਂਦੇ ਹਾਂ, ਕਿਸੇ ਚੀਜ਼ ਨੂੰ ਰੋਕਣ ਵਾਸਤੇ ਜਿਸ ਆਪਾਂ ਯੰਤਰ ਦੀ ਵਰਤੋਂ ਕਰਦੇ ਹਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਬ੍ਰੇਕ, ਇਹਦੀ ਬ੍ਰੇਕ ਲੱਗ ਗਈ, ਮਤਲਬ ਇਸ ਨੂੰ ਰੋਕ ਦਿੱਤਾ। ਦੂਸਰਾ ਬ੍ਰਾਊਨ, BROWN, ਬ੍ਰਾਊਨ। ਬ੍ਰਾਊਨ ਕੀ ਹੁੰਦਾ? ਭੂਰਾ। ਆਪਾਂ ਕਲਰ ਨੇਮ ਪੜ੍ਹਦੇ ਆ ਨਾ, ਰੈੱਡ, ਬਲੈਕ, ਬ੍ਰਾਊਨ, ਪਿੰਕ, ਤਾਂ ਇੱਕ ਕਲਰ ਹੈ, ਕਲਰ ਜਿਹੜਾ ਭੂਰਾ ਕਲਰ, ਨਾ ਉਹ ਕਾਲਾ ਹੁੰਦਾ ਹੈ ਅਤੇ ਨਾ ਉਹ ਰੈੱਡ ਹੁੰਦਾ, ਉਹਦਾ ਵਿਚਲਾ ਜਿਹਾ ਮੇਲ ਹੁੰਦਾ। ਉਸ ਤੋਂ ਬਾਅਦ ਬ੍ਰਿੰਗ, BRING, ਬ੍ਰਿੰਗ। ਬ੍ਰਿੰਗ ਕੀ ਹੁੰਦਾ? ਲਿਆਓ, ਕੋਈ ਚੀਜ਼ ਲੈ ਕੇ ਆਉਣੀ, ਆਪਾਂ ਇੰਗਲਿਸ਼ ਦੇ ਕਹਿੰਦਾ ਬ੍ਰਿੰਗ। ਉਸ ਤੋਂ ਬਾਅਦ ਬਰੇਵ, BRAVE, ਬਰੇਵ। ਬਰੇਵ ਕੀ ਹੁੰਦਾ? ਬਹਾਦਰ ਹੁੰਦਾ ਨਾ, ਬਰੇਵ ਬੁਆਏ, ਬਰੇਵ ਗਰਲ, ਇਹ ਬਹੁਤ ਬਹਾਦਰ ਬੱਚਾ ਹੈ। ਪਿਆਰੇ ਬੱਚੋ, ਤੁਸੀਂ ਦੇਖੋਗੇ ਅੱਜ ਦੇ ਜਿਹੜੇ ਇੰਗਲਿਸ਼ ਦੇ ਵਰਡ ਹੈ ਸਾਰਿਆਂ ਦੇ ਵਿੱਚ ਕੋਮਨ ਚੀਜ਼ ਹੈ BR, 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 ਸਭ ਦੀ ਸ਼ੁਰੂਆਤ ਜਿਹੜੀ BR ਤੋਂ ਕੀਤੀ ਗਈ ਹੈ, ਅਤੇ ਇਹਦਾ ਆਵਾਜ਼ ਹੁੰਦੀ ਹੈ ਬਰੇ। ਇਹ ਸਾਰੇ ਪਹਿਲੇ ਕੀ ਹੈ? ਬਰੇ, ਬ੍ਰਿੰਗ, ਬਰੇ, ਬਰਾ, ਬਹਾਦਰ, ਜਾਂ ਬਰੇਵ, ਬਰੇ ਬ੍ਰਾਊਨ, ਬਰੇ ਬ੍ਰੇਕ, ਬਰੇ ਬ੍ਰੇਕ, ਤਾਂ ਬਰੇ ਦੀ ਆਵਾਜ਼ ਜਿਹੜੀ ਦੇ ਰਿਹਾ। ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਇਹ ਸੀਗੀ 24 ਜੁਲਾਈ ਦੀ ਮੋਰਨਿੰਗ ਸਲਾਈਡ। ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਮੋਰਨਿੰਗ ਸਲਾਈਡ ਦੀ ਵੀਡੀਓ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਜੋ ਬੱਚੇ ਘਰ ਤੋਂ ਹੀ ਮੋਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਸਿੱਖ ਕੇ ਆਉਣ, ਸੁਣ ਕੇ ਆਉਣ, ਸਮਝ ਕੇ ਆਉਣ, ਅਤੇ ਅਗਲੇ ਦਿਨ ਮੋਰਨਿੰਗ ਅਸੈਂਬਲੀ ਦੇ ਵਿੱਚ ਜਿਹੜਾ ਵਧੀਆ ਤਰੀਕੇ ਦੇ ਨਾਲ ਆਪਣੀ ਪਰਫੋਰਮੈਂਸ ਨੂੰ ਦੇ ਸਕਣ, ਅਤੇ ਸੁਬਹਾ ਸੁਬਹਾ ਉਹਨਾਂ ਦਾ ਜਿਹੜਾ ਮੋਟੀਵੇਸ਼ਨ ਵੱਧ ਜਾਂਦਾ ਜਦੋਂ ਕੁਸ਼ਚਨਾਂ ਦੇ ਜਵਾਬ ਦਿੰਦੇ ਹੈ, ਵਰਡ ਮੀਨਿੰਗ ਦੇ ਜਿਹੜੇ ਵਰਡ ਬੋਲਦੇ ਹੈ, ਅਤੇ ਉਸ ਦੇ ਨਾਲ ਜਿਹੜੀ ਉਹਨਾਂ ਦੇ ਵਿੱਚ ਇੱਕ ਜੋਸ਼ ਭਰ ਜਾਂਦਾ ਸੁਬਹਾ ਸੁਬਹਾ। ਅਤੇ ਨਾਲ ਦੀ ਨਾਲ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਮੋਰਨਿੰਗ ਸਲਾਈਡ ਵਾਲੀ ਕਾਪੀ ਲਗਾਓ, ਉਸ 'ਤੇ ਡੇਲੀ ਮੋਰਨਿੰਗ ਸਲਾਈਡ ਨੂੰ ਨੋਟ ਡਰਿਆ ਕਰਿਆ ਕਰਾਓ, ਤੁਹਾਡੀ ਰਾਈਟਿੰਗ ਦੇ ਵਿੱਚ ਵੀ ਸੁਧਾਰ ਹੋਏਗਾ, ਤੁਹਾਡੀ ਨੌਲੇਜ ਦੇ ਵਿੱਚ ਵੀ ਵਾਧਾ ਹੋਏਗਾ, ਅਤੇ ਤੁਹਾਨੂੰ ਕੁਝ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ। ਅਤੇ ਮਾਪਿਆਂ ਨੂੰ ਵੀ ਹੈ, ਵੀਡੀਓ ਜ਼ਰੂਰ ਦੇਖਿਆ ਕਰੋ, ਹੋਰਾਂ ਤੱਕ ਵੀ ਸ਼ੇਅਰ ਕਰਿਆ ਕਰੋ, ਜ਼ਰੂਰੀ ਨਹੀਂ ਸਿਰਫ ਬੱਚਿਆਂ ਵਾਸਤੇ, ਜ਼ਿੰਦਗੀ 'ਚ ਇਨਸਾਨ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ। ਇਸ ਲਈ ਤੁਸੀਂ ਵੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ, ਅੱਗੇ ਵੀ ਹੋਰਾਂ ਨੂੰ ਸ਼ੇਅਰ ਕਰਿਆ ਕਰੋ, ਤਾਂ ਜੋ
ਆਪਾਂ ਸਾਰਾ ਦਿਨ ਫੋਨ 'ਤੇ ਕੁਝ ਹੋਰ ਚੀਜ਼ਾਂ ਦੇਖਦੇ ਰਹਿੰਦੇ ਹਾਂ ਤਾਂ ਕੋਈ 5 ਤੋਂ 60 ਮਿੰਟ ਦੀ ਵੀਡੀਓ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰ ਸਕਦੀ ਹੈ ਉਸਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਧੰਨਵਾਦ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਦਬਾ ਦਿਓ ਤਾਂ ਤੁਹਾਨੂੰ ਸਮੇਂ ਸਿਰ ਵੀਡੀਓ ਮਿਲਦੀ ਰਹੇ, ਅਤੇ ਨਾਲ ਦੀ ਨਾਲ ਟੈਲੀਗ੍ਰਾਮ ਵੀ ਜ਼ਰੂਰ ਜੁਆਇਨ ਕਰ ਲਓ, ਉੱਥੇ ਤੁਹਾਨੂੰ ਇਹਦੀ PDF ਮਿਲ ਜਾਂਦੀ ਹੈ। ਧੰਨਵਾਦ।